कोशिश के तरकश में हौसलों का वो तीर जिंदा रखना हर जाओ जिंदगी में पर जीतने की उम्मीद जिंदा रखना तो हेलो गाइस वेलकम टू टेट बजर एजुकेशनल चैनल आई एम करण एंड आज जब मैं ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪ ਨੇ ਇਸ ਸੈਟ ਨੰਬਰ 26 ਦੇ ਵਿੱਚ ਤਾਂ ਅੱਜ ਜੋ ਆਪਣਾ ਸੈਟ ਨੰਬਰ 26 ਹੈ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ ਤਾਂ ਇਹ ਜੋ ਤੁਹਾਨੂੰ ਪਤਾ ਹੈ ਕਿ ਇਹ ਜੋ ਸੈਟਸ ਹਨ ਏ ਐਂਟੀਟੀ ਪਟਵਾਰੀ ਠੀਕ ਹੈ ਨਾਇਬ ਤਹਿਸੀਲਦਾਰ ਅਤੇ ਸਾਰੇ ਵੇਰੀਅਸ ਇਗਜ਼ਾਮਸ ਲਈ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ। ਤਾਂ ਐਂਟੀਟੀ 893 ਪੇਪਰ ਦਾ ਠੀਕ ਹੈ ਪੇਡ ਕੋਰਸ ਆਪਣਾ ਅਵੇਲੇਬਲ ਹੈ ਠੀਕ ਹੈ ਐਂਡ ਨਵੀਂ ਫੈਸਿਲਿਟੀ ਜੋ ਆਈ ਹੈ ਉਹ ਹੈ ਜੀ ਪੀ ਡੀ ਐਫਸ ਦੀ ਤਾਂ ਤੁਸੀਂ 10 ਸਬਜੈਕਟਸ ਦਾ ਪੀ ਡੀ ਐਫ ਅਵੇਲ ਕਰ ਸਕਦੇ ਹੋ ਠੀਕ ਹੈ ਆਪਣੀ ਐਪਲੀਕੇਸ਼ਨ ਟੈਟ ਪਜ਼ਰ ਤੇ ਜਾ ਕੇ ਠੀਕ ਹੈ ਤਾਂ ਉੱਥੋਂ ਤੁਸੀਂ ਜੋ ਆਪਣਾ ਪੇਡ ਬੈਚ ਹੈ ਉਸ ਦਾ ਡੈਮੋ ਲੈਕਚਰਸ ਵੀ ਦੇਖ ਸਕਦੇ ਹੋ। ਤੋ ਸਟਾਰਟ ਕਰਦੇ ਹਾਂ ਜੀ ਆਪਣੇ ਅੱਜ ਦੇ ਫਰਸਟ ਕੁਐਸਚਨ ਵੱਲ ਤਾਂ ਪੜ੍ਹਦੇ ਹਾਂ ਜੀ ਕੁਐਸਚਨ ਦਾ ਮੇਨ ਕੰਸਟੀਟੂਐਂਟ ਆਫ ਸੀਐਨਜੀ ਤਾਂ ਸੀਐਨਜੀ ਕੀ ਹੁੰਦਾ ਹੈ ਜੀ ਕੰਪਰੈਸਡ ਨੈਚੁਰਲ ਗੈਸ ਠੀਕ ਹੈ ਤਾਂ ਕੰਪਰੈਸਡ ਨੈਚੁਰਲ ਗੈਸ ਦਾ ਜੋ ਮੇਨ ਜੋ ਆਪਣਾ ਕੰਪੋਨੈਂਟ ਤੁਸੀਂ ਦੱਸਣਾ ਹੈ ਜੀ ਤਾਂ B इज द राइट आंसर ठीक है मीथेन इज द राइट आंसर है ठीक है मीथेन ਨੂੰ ਹੋਰ ਕੀ ਲਿਖਦੇ ਆਪਾਂ CH4 ठीक है CH4 ਲਿਖਦੇ ਆਂ ਜੀ ਮੀਥੇਨ ਨੂੰ ਐਂਡ ਜੋ ਮੀਥੇਨ ਹੈ ਇਸ ਨੂੰ ਹੋਰ ਕੀ ਕਿਹਾ ਜਾਂਦਾ ਜੀ ਮਾਰਸ਼ ਗੈਸ ਕਿਹਾ ਜਾਂਦਾ ਠੀਕ ਹੈ ਜੋ ਜਲ ਦਲਦਲੀ ਆਪਣੀ ਭੂਮੀ ਹੁੰਦੀ ਹੈ ਠੀਕ ਹੈ ਉੱਥੇ ਮਿਲਦੀ ਹੈ ਜੀ ਆਪਾਂ ਨੂੰ ਮੀਥੇਨ ਗੈਸ ਠੀਕ ਹੈ ਮਾਰਸ਼ ਗੈਸ ਇਸ ਨੂੰ ਕਿਹਾ ਜਾਂਦਾ ਅਤੇ ਜੋ ਚੋਨੇ ਦੀ ਪ੍ਰਾਲੀ ਠੀਕ ਹੈ ਚੋਨੇ ਦੀ ਪ੍ਰਾਲੀ ਸਾੜੀ ਜਾਂਦੀ ਹੈ ਠੀਕ ਹੈ ਤਾਂ ਉਸ ਤੋਂ ਜੋ ਗੈਸ ਨਿਕਲਦੀ ਹੈ ਉਹ ਵੀ ਮੀਥੇਨ ਗੈਸ ਹੁੰਦੀ ਹੈ ਜੀ ਮਾਰਸ਼ ਗੈਸ ਹੁੰਦੀ ਹੈ ਠੀਕ ਹੈ ਤਾਂ ਐਲਪੀਜੀ ਤਾਂ ਸੀएनजी ਜੁਹਦੀ ਹੈ ਇਹ ਆਪਾਂ ਵਨਾਂ ਵਿੱਚ ਯੂਜ਼ ਕਰਦੇ ਆਂ ਅਤੇ ਇਸ ਤੋਂ ਇਲਾਵਾ ਹੁੰਦੀ ਹੈ ਜੀ ਇੱਕ ਐਲਪੀਜੀ ਠੀਕ ਹੈ ਲਿਕਵਿਫਾਈਡ ਪੈਟਰੋਲੀਅਮ ਗੈਸ ਠੀਕ ਹੈ ਐਲਪੀਜੀ ਲਿਕਵਿਫਾਈਡ ਪੈਟਰੋਲੀਅਮ ਗੈਸ ਤਾਂ ਐਲਪੀ ਜੋ ਹੈ ਇਸ ਵਿੱਚ ਜੋ ਮੇਨ ਮੇਨ ਹੁੰਦਾ ਹੈ ਜੀ ਇਸ ਵਿੱਚ ਬਿਊਟੇਨ ਹੁੰਦਾ ਹੈ ਠੀਕ ਹੈ ਜਿਵੇਂ ਉੱਥੇ ਮੀਥੇਨ ਹੈ ਇੱਥੇ ਹੈ ਜੀ ਬਿਊਟੇਨ ਬੂਟੇਨ ਦਾ ਫਾਰਮੂਲਾ ਜੋ ਹੈ C4H10 ਹੈ ਠੀਕ ਹੈ ਬੂਟੇਨ ਐਂਡ ਜੋ ਆਪਣਾ ਇਸ ਵਿੱਚ ਇੱਕ ਹੋਰ ਕੰਪੋਨੈਂਟ ਇਸ ਵਿੱਚ ਮੇਨ ਹੁੰਦਾ ਹੈ ਜੀ ਉਹ ਹੁੰਦਾ ਹੈ ਜੀ ਪ੍ਰੋਪੇਨ ਠੀਕ ਹੈ ਪ੍ਰੋਪੇਨ ਦਾ ਜੋ ਫਾਰਮੂਲਾ ਹੈ ਇਹ C3H8 ਹੈ ਤਾਂ ਜੋ ਆਪਣਾ CNG ਹੈ ਇਸ ਵਿੱਚ ਮੇਨ ਮੀਥੇਨ ਹੁੰਦਾ ਹੈ ਐਂਡ LPG ਵਿੱਚ ਬੂਟੇਨ ਅਤੇ ਪ੍ਰੋਪੇਨ ਦੋਵੇਂ ਮੇਨ ਹੁੰਦੇ ਹਨ ਠੀਕ ਹੈ ਜੀ ਅਤੇ ਜੋ LPG ਬਾਰੇ ਆਪਾਂ ਘਰ ਵਿੱਚ ਯੂਜ਼ ਕਰਦੇ ਹਾਂ ਠੀਕ ਹੈ ਰਸੋਈ ਗੈਸ ਵਾਲਾ ਸਿਲੰਡਰ ਜੁੰਦਾ ਹੈ ਉਹ LPG ਦੇ ਉੱਪਰ ਹੀ ਹੁੰਦਾ ਹੈ ਠੀਕ ਹੈ ਜੀ ਤਾਂ LPG ਕਰ ਵਿੱਚ ਯੂਜ਼ ਕਰਦੇ ਹਾਂ ਤੇ ਜੋ LPG ਦੀ ਆਪਾਂ ਨੂੰ ਲੀਕੇਜ ਦੀ 스మెਲ ਹੁੰਦੀ ਹੈ ਤਾਂ ਲੀਕੇਜ ਉਹ LPG ਦੀ ਲੀਕੇਜ ਦੀ 스మెਲ ਹੁੰਦੀ ਹੈ ਤਾਂ ਉਹ ਇਥਾਈਲ ਮਰਕੈਪਟਨ ਦੀ 스మెਲ ਹੁੰਦੀ ਹੈ ਠੀਕ ਹੈ ਇਥਾਈਲ ਮਰਕੈਪਟਨ ਤਾਂ ਤੁਸੀਂ ਉਸ ਦਾ ਫਾਰਮੂਲਾ ਦੱਸ ਸਕਦੇ ਹੋ ਇਥਾਈਲ ਮਰਕੈਪਟਨ ਦਾ ਤਾਂ ਇਥਾਈਲ ਮਰਕੈਪਟਨ ਦਾ ਫਾਰਮੂਲਾ ਹੈ ਜੀ C2 H6 S ਠੀਕ ਹੈ C2 at 6s ਕੀਤਾ ਇਹ ਹੈ ਜੀ ਇਥਾਈਲ ਮਰਕੈਪਟਨ ਦਾ ਫਾਰਮੂਲਾ ਸੋ ਅਨੀ ਇਨਫੋਰਮੇਸ਼ਨ ਆਪਾਂ ਨੂੰ ਇਸ ਕੁਐਸਚਨ ਤੋਂ ਮਿਲਦੀ ਹੈ ਸੋ ਨੈਕਸਟ ਆਪਣਾ ਸੈਕੰਡ ਕੁਐਸਚਨ ਹੈ ਦਾ ਹਾਰਮੋਨ ਵਿਚ ਇਨਕਰੀਜ਼ਸ ਦਾ ਫਰਟੀਲਿਟੀ ਇਨ ਮੈਲਸ ਤਾਂ ਜੋ ਮਰਦਾਂ ਵਿੱਚ ਜਨਨ ਸ਼ਕਤੀ ਵਧਾਉਂਦਾ ਹੈ ਜੀ ਉਹ ਕਿਹੜਾ ਹਾਰਮੋਨ ਹੈ ਜੀ ਉਹ ਹੈ ਜੀ ਟੈਸਟੋਸਟੀਰੋਨ ਠੀਕ ਹੈ ਸੋ ਟੈਸਟਿਸ ਵਿੱਚੋਂ ਨਿਕਲਦਾ ਹੈ ਜੀ ਟੈਸਟੋਸਟੀਰੋਨ ਠੀਕ ਹੈ ਐਂਡ ਫੀਮੇਲਸ ਵਿੱਚ ਓਸਟੋ ਐਸਟ੍ਰੋਜਨ ਹੁੰਦਾ ਹੈ ਜੀ ਠੀਕ ਹੈ ਜੋ ఓਵਰੀ ਵਿੱਚੋਂ ਨਿਕਲਦਾ ਹੈ ਐਂਡ ਜੋ ਮਰਦਾਂ ਵਿੱਚ ਜਨਨ ਸ਼ਕਤੀ ਵਧਾਉਂਦਾ ਹੈ ਜੀ ਉਸ ਦਾ ਨਾਮ ਹੈ ਜੀ ਟੈਸਟੋਸਟੀਰੋਨ ਠੀਕ ਹੈ ਸੋ ਦੈਨ ਆਪਣਾ 3rd ਕੁਐਸਚਨ ਹੈ ਜੀ ਤਾਂ ਪੜ੍ਹਦੇ ਹਾਂ ਜੀ ਦ ਸਾਲਟ ਵਿਚ ਕੈਨ ਗਿਵ ਐਨ ਐਸਿਡਿਕ ਸੋਲੂਸ਼ਨ ਔਨ ਡਿਜ਼ੋਲਵਿੰਗ ਇਨ ਵਾਟਰ ਤਾਂ ਉਹ ਲੂਨ ਜੋ ਪਾਣੀ ਵਿੱਚ ਘੁਲਣ ਤੇ ਠੀਕ ਹੈ ਤੇਜਾਬੀ ਕੋਲ ਦਿੰਦਾ ਹੈ ਉਹ ਲੂਨ ਜੋ ਪਾਣੀ ਵਿੱਚ ਕੋਲੰਤੇ ਤੇਜਾਬੀ ਕੋਲ ਦਿੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ NH4Cl ਠੀਕ ਹੈ ਅਮੋਨੀਅਮ ਕਲੋਰਾਇਡ ਤਾਂ ਅਮੋਨੀਅਮ ਕਲੋਰਾਇਡ ਨੂੰ ਅਗਰ ਆਪਾਂ ਪਾਣੀ ਨਾਲ ਇਸ ਦੀ ਰਿਐਕਸ਼ਨ ਕਰਵਾਈਏ ਤਾਂ ਓਬਵੀਅਸਲੀ ਕਿ HCl ਤਾਂ ਜ਼ਰੂਰ ਬਣੇਗਾ ਠੀਕ ਹੈ ਤਾਂ ਤੇਜਾਬੀ ਕੋਲ ਪੈਦਾ ਹੁੰਦਾ ਹੈ ਜੀ ਠੀਕ ਹੈ ਜਦੋਂ ਵੀ ਆਪਾਂ ਅਮੋਨੀਅਮ ਕਲੋਰਾਇਡ ਨੂੰ ਵਾਟਰ ਨਾਲ ਰਿਐਕਟ ਕਰੀਏ ਠੀਕ ਹੈ ਜ ਜੇ ਅਮੋਨੀਅਮ ਕਲੋਰਾਇਡ ਨੂੰ ਆਪਾਂ ਪਾਣੀ ਚ ਪਾਈਏ ਤਾਂ ਤੇਜਾਬੀ ਕੋਲ ਬਣ ਜਾਏਗਾ ਠੀਕ ਹੈ ਜੀ ਸੋ ਦੈਨ ਆਪਣਾ 4th ਕੁਐਸਚਨ ਹੈ ਤਾਂ ਵਿਚ ਗੈਸ ਇਜ਼ ਯੂਜ਼ਡ ਇਨ ਮੇਕਿੰਗ ਆਵ ਵਨਸਪਤੀ ਕੀ ਫਰੋਮ ਵੈਜੀਟੇਬਲ ਔਇਲ ਤਾਂ ਜੋ ਆਪਣੇ ਸਬ ਵੈਜੀਟੇਬਲ ਔਇਲ ਹੁੰਦੇ ਹਨ ਠੀਕ ਹੈ ਉਹਨਾਂ ਤੋਂ ਜੋ ਵਨਸਪਤੀ ਕੀ ਬਣਾਉਣਾ ਹੈ ਆਪਾਂ ਉਹ ਕਿਸ ਤਰ੍ਹਾਂ ਬਣਾਉਂਦੇ ਹਾਂ ਠੀਕ ਹੈ ਉਸ ਦੀ ਜੋ ਪ੍ਰੋਸੈਸ ਹੈ ਉਹ ਹੈ ਜੀ ਹਾਈਡਰੋਜਨੇਸ਼ਨ ਤਾਂ ਹਾਈਡਰੋਜਨ ਹਾਈਡਰੋਜਨੇਸ਼ਨ ਵਿੱਚ ਆਪਾਂ ਹਾਈਡਰੋਜਨ ਗੈਸ ਦੀ ਵਰਤੋਂ ਕਰਦੇ ਹਾਂ ਠੀਕ ਹੈ ਜੀ ਹਾਈਡਰੋਜਨੇਸ਼ਨ ਵਿੱਚ ਆਪਾਂ ਹਾਈਡਰੋਜਨ ਗੈਸ ਦੀ ਵਰਤੋਂ ਕਰਦੇ ਹਾਂ ਅਤੇ ਇਸ ਵਿੱਚ ਜੋ ਕੈਟਾਲਿਸਟ ਹੁੰਦਾ ਹੈ ਕੈਟਾਲਿਸਟ ਕੀ ਹੁੰਦਾ ਹੈ ਜੋ ਇਸ ਰਿਐਕਸ਼ਨ ਨੂੰ ਇਸ ਦੀ ਸਪੀਡ ਨੂੰ ਵਧਾ ਦਿੰਦਾ ਹੈ ਤਾਂ ਪਲੇਡੀਅਮ ਬਟਾ ਕਾਰਬਨ ਇਸ ਦੀ ਜੋ ਇਸ ਦਾ ਜੋ ਰਿਐਕਸ਼ਨ ਦਾ ਕੈਟਾਲਿਸਟ ਹੁੰਦਾ ਹੈ ਠੀਕ ਹੈ ਜੀ ਤਾਂ ਹਾਈਡਰੋਜਨੇਸ਼ਨ ਨਾਲ ਆਪਾਂ ਜੋ ਆਪਣੇ ਜੋ ਵੈਜੀਟੇਬਲਸ ਔਇਲ ਹੁੰਦੇ ਹਨ ਉਹਨਾਂ ਨੂੰ ਮਨਸਪਤੀ ਕੀ ਵਿੱਚ ਕਨਵਰਟ ਕਰ ਦਿੰਦੇ ਹਾਂ ਠੀਕ ਹੈ ਜੀ ਦੈਨ ਆਪਣਾ 5ਵਾਂ ਕੁਐਸਚਨ ਕਾਫੀ ਵਧੀਆ ਕੁਐਸਚਨ ਹੈ ਤਾਂ ਲਾਈਟ ਵੇਵਸ ਆਰ ਠੀਕ ਹੈ ਤਾਂ ਲਾਈਟ ਵੇਵਸ ਇਸ ਤਰ੍ਹਾਂ ਟਰੈਵਲ ਕਰਦੀਆਂ ਹਨ ਠੀਕ ਹੈ ਜੀ ਜੋ ਸਭ ਤੋਂ ਜ਼ਿਆਦਾ ਉੱਪਰਲਾ ਪੁਆਇੰਟ ਹੁੰਦਾ ਹੈ ਜੀ ਉਸ ਨੂੰ ਕਿਹਾ ਜਾਂਦਾ ਜੀ ਕਰਸਟ ਠੀਕ ਹੈ ਐਂਡ ਜੋ ਨੀਚੇ ਵਾਲਾ ਪੁਆਇੰਟ ਉਹਨੂੰ ਕਿਹਾ ਜਾਂਦਾ ਟਰਫ ਠੀਕ ਹੈ ਤਾਂ ਲਾਈਟ ਵੇਵਸ ਇਸ ਤਰ੍ਹਾਂ ਟਰੈਵਲ ਕਰਦੀਆਂ ਹਨ ਤਾਂ ਇਸ ਨੂੰ ਕਿਹਾ ਜਾਂਦਾ ਹੈ ਜੀ ਟਰਾਂਸਵਰਸ ਵੇਵਸ ਠੀਕ ਹੈ ਟਰਾਂਸਵਰਸ ਵੇਵਸ ਯਾਨੀ ਟਰਾਂਸਫਰਸ ਵੇਵਸ ਹੁੰਦੀਆਂ ਜੀ ਆਪਣੀ ਲਾਈਟ ਠੀਕ ਹੈ ਤਾਂ ਲਾਈਟ ਇਸ ਤਰ੍ਹਾਂ ਟਰੈਵਰ ਕਰਦੀ ਹੈ ਇਸ ਤਰ੍ਹਾਂ ਜੋ ਅਤੇ ਇੱਕ ਇੱਕ ਲੈ ਕੇ ਇੱਕ ਕ੍ਰਸ਼ਟ ਤੋਂ ਲੈ ਕੇ ਦੂਜੇ ਕ੍ਰਸ਼ਟ ਦੀ ਵਿੱਚ ਜੋ ਹੁੰਦੀ ਹੈ ਜੀ ਉਸ ਨੂੰ ਕਿਹਾ ਜਾਂਦਾ ਹੈ ਜੀ ਵੇਵ ਲੈਂਥ ਤਾਂ ਇਸ ਦੂਰੀ ਨੂੰ ਕਿਹਾ ਜਾਂਦਾ ਜੀ ਵੇਵ ਲੈਂਥ ਇੱਕ ਕ੍ਰਸ਼ਟ ਤੋਂ ਲੈ ਕੇ ਦੂਜੇ ਕ੍ਰਸ਼ਟ ਦੇ ਵਿੱਚ ਠੀਕ ਹੈ ਅਤੇ ਜੋ ਸਭ ਤੋਂ ਉੱਚਾ ਕ੍ਰਸ਼ਟ ਹੁੰਦਾ ਹੈ ਜੀ ਉਸ ਨੂੰ ਕਿਹਾ ਜਾਂਦਾ ਜੀ ਐਂਪਲੀਟਿਊਡ ਤਾਂ ਇਸ ਤਰ੍ਹਾਂ ਲਾਈਟ ਟਰੈਵਲ ਕਰਦੀ ਹੈ ਠੀਕ ਹੈ ਅਤੇ ਜੋ ਆਪਣਾ ਜੋ ਸਾਊਂਡ ਹੈ ਠੀਕ ਹੈ ਸਾਊਂਡ ਟਰੈਵਲ ਕਰਦੀ ਹੈ ਜੀ ਲੌਂਗੀਟਿਊਡਨਲ ਫਾਰਮ ਦੇ ਵਿੱਚ ਠੀਕ ਹੈ ਤਾਂ ਇਸ ਤਰ੍ਹਾਂ ਖੜਵੀ ਜਾਂਦੀ ਹੈ ਜੀ ਸਾਊਂਡ ਆਪਣੀ ਠੀਕ ਹੈ ਤਾਂ ਇਸ ਤਰ੍ਹਾਂ ਖੜਵੀ ਜਾਂਦੀ ਹੈ ਜੀ ਸਾਊਂਡ ਠੀਕ ਹੈ ਇਹ ਸਾਊਂਡ ਹੈ ਜੀ ਲੌਂਗੀਟਿਊਡਨਲ ਅਤੇ ਲਾਈਟ ਐਗਜ਼ਾਮਪਲ ਹੈ ਜੀ ਟਰਾਂਸਵਰਸ ਵੇਵ ਦੀ ਠੀਕ ਹੈ ਤਾਂ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਯਾਦ ਕਰ ਸਕਦੇ ਹੋ ਨੈਕਸਟ ਆਪਣਾ ਕੁਐਸਚਨ ਹੈ ਜੀ ਤਾਂ ਗੁਰੂ ਅਰਜਨ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਠੀਕ ਹੈ ਜੀ ਕਿਸ ਨਗਰ ਦੀ ਨੀਂ ਰੱਖੀ ਆ ਜੋ ਆਪਣੇ 5ਵਾਂ ਗੁਰੂ ਸਨ ਠੀਕ ਹੈ ਉਹਨਾਂ ਨੇ ਕਿਹੜੇ ਨਗਰ ਦੀ ਨੀਂ ਰੱਖੀ ਸਹੀ ਸਹੀ ਰਾਈਟ ਆਨਸਰ ਹੈ ਜੀ ਤਰਨਤਾਰਨ ਸਾਹਿਬ ਠੀਕ ਹੈ ਤਰਨਤਾਰਨ ਸਾਹਿਬ ਜੀ ਦੀ ਨੀਂ ਰੱਖੀ ਜੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ ਠੀਕ ਹੈ ਅੰਮ੍ਰਿਤਸਰ ਤੁਹਾਨੂੰ ਪਤਾ ਹੈ ਕਿ ਆਪਣੇ ਫੋਰਥ ਗੁਰੂ ਜੀ ਨੇ ਵਸਾਇਆ ਗੋਇੰਦਵਾਲ ਵਿੱਚ ਜੋ ਬਾਉਲੀ ਦਾ ਨਿਰਮਾਣ ਹੈ ਉਹ ਆਪਣੇ ਤੀਸਰੇ ਗੁਰੂ ਜੀ ਗੁਰੂ ਅਮਰਦਾਸ ਜੀ ਨੇ ਕਰਵਾਇਆ ਠੀਕ ਹੈ ਜੀ ਸੋ ਦੈਨ ਆਪਣਾ ਸੈਵੰਥ ਕੁਐਸਚਨ ਹੈ 12ਮਾ ਰਾਗ ਤੁਖਾਰੀ ਕਿਸ ਦੀ ਰਚਨਾ ਹੈ ਤਾਂ 12ਮਾ ਜੋ ਰਾਗ ਤੁਖਾਰੀ ਵਿੱਚ ਹੈ ਠੀਕ ਹੈ ਇਹ ਕਿਸ ਦੀ ਰਚਨਾ ਹੈ ਤਾਂ 12ਮਾ ਰਾਗ ਤੁਖਾਰੀ ਆਪਣੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਠੀਕ ਹੈ ਜੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ 2-4 ਹੋਰ ਰਚਨਾ ਆਪਾਂ ਲਿਖ ਲੈਣੇ ਹਾਂ ਜਪਜੀ ਸਾਹਿਬ ਠੀਕ ਹੈ ਇਸ ਨੂੰ ਜਾਪ ਸਾਹਿਬ ਨਾਲ ਕਨਫਿਊਜ਼ ਨਹੀਂ ਕਰਨਾ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਅਤੇ ਜਪਜੀ ਸਾਹਿਬ ਠੀਕ ਹੈ ਗੁਰੂ ਨਾਨਕ ਦੇਵ ਜੀ ਦੀ ਹੈ ਠੀਕ ਹੈ ਅਤੇ ਸਿੱਧ ਗੋਸ਼ਟ ਠੀਕ ਹੈ ਸਿੱਧ ਗੋਸ਼ਟ ਇਹ ਵੀ ਇਹਨਾਂ ਦੀ ਰਚਨਾ ਹੈ ਠੀਕ ਹੈ ਆਸਾਂ ਦੀ ਵਾਰ ਵੀ ਇਹਨਾਂ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਕਿ ਸੋ ਤੁਸੀਂ ਹੁਣ ਮੈਨੂੰ ਦੱਸ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਦਾ ਐਗਜ਼ੈਕਟ ਐਗਜ਼ੈਕਟ ਜਨਮ ਤਰੀਕ ਅਤੇ ਕਾਲ ਤੁਸੀਂ ਮੈਨੂੰ ਹੁਣੇ ਦੱਸ ਸਕਦੇ ਹੋ ਠੀਕ ਹੈ ਜੀ ਸੋ ਦੈਨ ਆਪਣਾ 8th ਕੁਐਸਚਨ ਹੈ ਤਵੂ ਇਜ਼ ਦਾ ਕੋਸਟੋਡੀਅਨ ਆਫ ਇੰਡੀਅਨ ਕਨਸਟੀਟਿਊਸ਼ਨ ਤਾਂ ਜੋ ਆਪਣਾ ਭਾਰਤ ਦਾ ਸੰਵਿਧਾਨ ਹੈ ਠੀਕ ਹੈ ਇਸ ਦਾ ਰਖਵਾਲਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਸੁਪਰੀਮ ਕੋਰਟ ਨੂੰ ਭਾਰਤ ਦੇ ਸੰਵਿਧਾਨ ਦਾ ਰਖਵਾਲਾ ਮੰਨਿਆ ਗਿਆ ਹੈ ਠੀਕ ਹੈ ਜੀ ਤਾਂ ਕੋਈ ਵੀ ਅਗਰ ਕਾਨੂੰਨ ਸਰਕਾਰ ਹੈ ਜੇ ਬਣਾਉਂਦੀ ਹੈ ਕਿ ਜੋ ਲੋਕਾਂ ਦੇ ਅਗੇਂਸਟ ਹੈ ਤਾਂ ਸੁਪਰੀਮ ਕੋਰਟ ਇਸ ਵਿਰੁੱਧ ਠੀਕ ਹੈ ਉਸ ਨੂੰ ਰੱਦ ਕਰ ਸਕਦਾ ਹੈ ਤਾਂ ਸੁਪਰੀਮ ਕੋਰਟ ਜੋ ਹੈ ਆਪਣਾ ਇਹ ਹੈ ਜੀ ਦਿੱਲੀ ਵਿੱਚ ਠੀਕ ਹੈ ਤਿਲਕ ਮਾਰਗ ਤਿਲਕ ਮਾਰਗ ਨਵੀਂ ਦਿੱਲੀ ਵਿੱਚ ਹੈ ਜੀ ਸੁਪਰੀਮ ਕੋਰਟ ਆਪਣਾ ਅਤੇ ਇਸ ਦੀ ਸਥਾਪਨਾ ਜੋ ਹੋਈ ਸੀ ਇਸ ਦੀ ਸਥਾਪਨਾ ਹੋਈ ਸੀ ਜੀ 1 ਅਕਤੂਬਰ 1937 ਨੂੰ 1 ਅਕਤੂਬਰ 1937 ਨੂੰ ਠੀਕ ਹੈ ਕਦੋਂ ਅੰਗਰੇਜ਼ਾਂ ਦੇ ਅਧੀਨ ਬਣਿਆ ਸੀ ਜੀ ਇਹ ਅਤੇ ਇਸ ਨੂੰ ਜੋ ਇੰਡੀਆ ਦਾ ਫੈਡਰਲ ਕੋਰਟ ਕਦੋਂ ਬਣਿਆ ਗਿਆ ਠੀਕ ਹੈ ਇੰਡੀਆ ਦਾ ਜਿਸ ਨੂੰ ਫੈਡਰਲ ਕੋਰਟ ਮੰਨਿਆ ਗਿਆ ਜੀ 28 ਜਨਵਰੀ 1950 ਨੂੰ ਠੀਕ ਹੈ ਸੋ ਉਸ ਦਿਨ ਜੋ 25 ਜਨਵਰੀ ਵਾਲਾ ਕੁਐਸਚਨ ਠੀਕ ਹੈ 25 ਜਨਵਰੀ ਨੂੰ ਵਾਟਰਡੇ ਮਨਾਇਆ ਜਾਂਦਾ ਬਿਲਕੁਲ ਸਹੀ ਹੈ ਐਂਡ THEN ਜੋ ਇਸ ਦੇ ਚੀਫ ਜਸਟਿਸ ਆਪਾਂ ਗੱਲ ਕੀਤੀ ਸੀ ਨਵੇਂ ਚੀਫ ਜਸਟਿਸ ਬਣੇ ਹਨ ਕੌਣ ਐਨ ਵੀ ਰਮੰਨਾ ਠੀਕ ਹੈ ਐਨ ਵੀ ਰਮੰਨਾ ਨਵੇਂ ਚੀਫ ਜਸਟਿਸ ਬਣੇ ਹਨ ਠੀਕ ਹੈ ਅਤੇ ਕਿੰਨੇ ਜੱਜ ਹੁੰਦੇ ਹਨ ਤਾਂ 33 1 ਠੀਕ ਹੈ 34 ਜੱਜ ਹੁੰਦੇ ਹਨ ਟੋਟਲ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਅਤੇ ਇਹਨਾਂ ਦਾ ਮੈਥਡ ਪੁੱਛਿਆ ਜਾਵੇ ਕਿ ਕਿਸ ਮੈਥਡ ਨਾਲ ਚੁਣੇ ਜਾਂਦੇ ਹਨ ਬਾਕੀ ਜੱਜ ਤਾਂ ਕੋਲੇਜੀਅਮ ਮੈਥਡ ਨਾਲ ਜੁਨੇ ਜਾਂਦੇ ਹਨ ਬਾਕੀ ਜੱਜ ਠੀਕ ਹੈ ਕੋਲੇਜੀਅਮ ਮੈਥਡ ਸਿੰਪਲ ਤੁਸੀਂ ਇਸ ਦੇ ਡਿਟੇਲ ਵਿੱਚ ਨਹੀਂ ਜਾਣਾ ਕੋਲੇਜੀਅਮ ਮੈਥਡ ਯਾਦ ਰੱਖ ਲਓ ਕਿ ਕੋਲੇਜੀਅਮ ਮੈਥਡ ਨਾਲ ਬਾਕੀ ਜੋ ਜੱਜ ਚੁਣੇ ਜਾਂਦੇ ਹਨ ਅਤੇ ਜੋ ਸੁਪਰੀਮ ਕੋਰਟ ਹੈ ਆਪਣਾ ਉਸ ਉਹ ਕਿਹੜੇ ਆਰਟੀਕਲ ਵਿੱਚ ਹੈ ਦਾ 18 ਸ਼ੈਲ ਬੀ ਸੁਪਰੀਮ ਕੋਰਟ ਇਨ ਇੰਡੀਆ ਤਾਂ ਇਹ ਕਹਿੰਦਾ ਹੈ ਜੀ ਆਪਾਂ ਨੂੰ ਆਰਟੀਕਲ 124 ਠੀਕ ਹੈ ਜੀ ਤਾਂ ਇਹ ਸਾਰਾ ਕੁਝ ਆਪਾਂ ਸੁਪਰੀਮ ਕੋਰਟ ਨਾਲ ਸੰਬੰਧਿਤ ਯਾਦ ਰੱਖ ਸਕਦੇ ਹਾਂ ਸੋ ਦੈਨ ਆਪਣਾ 9th ਕੁਐਸਚਨ ਹੈ ਤਾਂ ਜਨੂਅਰੀ 9 ਇਸ ਸੈਲੀਬ੍ਰੇਟਿਡ ਐਸ ਪ੍ਰਵਾਸੀ ਭਾਰਤੀ ਦਿਵਸ ਤਾਂ ਇਸ ਸਾਲ ਵੀ ਆਪਾਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਠੀਕ ਹੈ ਜੀ ਤਾਂ ਇਸ ਵਿੱਚ ਜੋ ਸੂਰੀ ਨਾਮ ਦੇ ਰਾਸ਼ਟਰਪਤੀ ਸਨ ਉਹਨਾਂ ਨੂੰ ਆਪਾਂ ਚੀਫ ਗੈਸਟ ਦੇ ਤੌਰ ਤੇ ਬਣਾਇਆ ਠੀਕ ਹੈ ਜੀ ਤਾ ਚੰਦ੍ਰਿਕਾ ਪ੍ਰਸਾਦ ਚੰਦ੍ਰਿਕਾ ਪ੍ਰਸਾਦ ਉਹਨਾਂ ਦਾ ਨਾਮ ਹੈ ਸੂਰੀ ਕਾਂ ਸੂਰੀ ਨਾਮ ਇੱਕ ਕੰਟਰੀ ਹੈ ਠੀਕ ਹੈ ਉਹਨਾਂ ਦੇ ਜੋ ਰਾਸ਼ਟਰਪਤੀ ਸਨ ਉਹਨਾਂ ਨੂੰ ਆਪਾਂ ਐਜ਼ ਅ ਚੀਫ ਗੈਸਟ ਬਣਾਇਆ ਜੀ ਇਸ ਵਾਰੀ ਜੋ 9 ਜਨਵਰੀ ਨੂੰ ਆਪਾਂ ਪ੍ਰਵਾਸੀ ਭਾਰਤੀ ਦਿਵਸ ਠੀਕ ਹੈ ਐਨ ਆਰ ਆਈ ਡੇ ਮਨਾਇਆ ਜੀ ਠੀਕ ਹੈ ਅਤੇ ਜੋ ਇਹ ਜੋ ਪ੍ਰਵਾਸੀ ਭਾਰਤੀ ਦਿਵਸ ਹੈ ਇਹ ਜੋ ਮਹਾਤਮਾ ਗਾਂਧੀ ਜੀ ਜਨਵਰੀ 9 ਕਿਹੜੇ ਸਾਲ ਵਿੱਚ ਠੀਕ ਹੈ ਭਾਰਤ ਪਰਤੇ ਸਨ ਸਾਊਥ ਅਫਰੀਕਾ ਤੋਂ ਤਾਂ ਉਸ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਸੀ ਪ੍ਰਵਾਸੀ ਭਾਰਤੀ ਦਿਵਸ ਤਾਂ ਜਨਵਰੀ 9 1915 ਠੀਕ ਹੈ ਐਗਜ਼ੈਕਟ ਡੇਟ ਹੈ ਜਨਵਰੀ 9 1915 ਨੂੰ ਜੋ ਮਹਾਤਮਾ ਗਾਂਧੀ ਸਨ ਉਹ ਪਰਤੇ ਸਨ ਠੀਕ ਹੈ ਜੀ ਸਾਊਥ ਅਫਰੀਕਾ ਤੋਂ ਭਾਰਤ ਪਰਤੇ ਸਨ ਠੀਕ ਹੈ ਤਾਂ ਉਸ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਜੀ ਪ੍ਰਵਾਸੀ ਭਾਰਤੀ ਦਿਵਸ ਆਪਾਂ ਅੱਜ ਤੱਕ ਇਹ ਮਨਾਉਂਦੇ ਹਾਂ ਜੀ ਪ੍ਰਵਾਸੀ ਭਾਰਤੀ ਦਿਵਸ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਸਿੰਪਲੀ ਤੁਸੀਂ ਆਪਣਾ ਨੇਮ ਪੇਪਰ ਸਿਟੀ ਐਂਡ ਮੇਲ ਫੀਮੇਲ ਮੈਂਸ਼ਨ ਕਰਕੇ ਆਪਣੇ ਇਸ ਨੰਬਰ ਤੇ ਭੇਜ ਸਕਦੇ ਹੋ ਤੋ ਦਿੱਲੀ ਸਲਤਨਤ ਦੀ ਦਰਬਾਰੀ ਭਾਸ਼ਾ ਕਿਹੜੀ ਸੀ? ਤੋ ਸਹੀ ਹੈ ਜੀ ਦਿੱਲੀ ਸਲਤਨਤ ਦੀ ਦਰਬਾਰੀ ਭਾਸ਼ਾ ਫਾਰਸੀ ਸੀ ਠੀਕ ਹੈ ਫਾਰਸੀ ਭਾਸ਼ਾ ਸੀ ਦਿੱਲੀ ਸਲਤਨਤ ਦੀ ਦਰਬਾਰੀ ਭਾਸ਼ਾ। ਤੋ ਆਪਣਾ 11ਵਾਂ ਕੁਐਸਚਨ ਹੈ ਤਾਂ ਰੀਸੈਂਟਲੀ ਵੋ ਵਿਚ Song ਵਿਚ Song ਠੀਕ ਹੈ ਉਸ ਨੂੰ ਡਿਕਲੇਅਰ ਕੀਤਾ ਗਿਆ ਜੀ ਵਰਲਡਸ ਜੋ वूਮਨਸ ਦਾ ਵਰਲਡ ਕੱਪ ਹੋਣਾ ਹੈ ਜੀ 2022 ਵਿੱਚ तो महिला का जो विश्व कप होना है जी दो हज़ार बई विचता एक ऑफिशियल सोंग डिकलेयर किया गया है तो जो ऑफिशियल सोंग है उन्हों का नाम की है जी द गर्ल गैंग इस सौग का नाम, नाम है जी ठीक है तो न्यूजीलैंड की एक सिंगर का सौग है गर्ल गैंग इस ओफिशियल सौन्ग डिकलेयर किया गया है जी जो आई सी सी का महिला वर्ल्ड कप दो हज़ार बई होना है ठीक है जी तो गाने का नाम है जी गर्ल गैंग जो इसमें ऑफिशियल सौंग डिकलेयर किया गया है जी दो हज़ार बई का जो वूमैनस वर्ल्ड कप होना है जी महिलावान का ਸੋ ਦੈਨ ਆਪਣਾ 12ਵਾਂ ਕੁਐਸਚਨ ਹੈ ਤਾਂ ਹਰਸ਼ਵਰਧਨ ਠੀਕ ਹੈ ਹਰਸ਼ਵਰਧਨ ਤਾਂ ਹਰਸ਼ਵਰਧਨ ਦੇ ਦਰਬਾਰ ਵਿੱਚ ਕਾਫੀ ਸਾਰੇ ਪੋਏਟਸ ਸਨ ਅਤੇ ਇਹਨਾਂ ਨੇ ਖੁਦ ਵੀ ਕਿਤਾਬਾਂ ਲਿਖੀਆਂ ਇਹਨਾਂ ਨੇ ਜੋ ਕਿਤਾਬਾਂ ਲਿਖੀਆਂ ਉਹਨਾਂ ਦਾ ਨਾਮ ਕੀ ਹੈ ਜੀ ਤਾਂ ਬੋਥ ਆਫ ðiਸ ਇਜ਼ ਦਾ ਰਾਈਟ ਆਨਸਰ ਹੈ ਤਾਂ ਹਰਸ਼ਵਰਧਨ ਦੀਆਂ ਜੋ ਕਿਤਾਬਾਂ ਹਨ ਉਹ ਹੈ ਜੀ ਪ੍ਰਿਆਦਰਸ਼ਨਾ ਪ੍ਰਿਆਦਰਸ਼ਨਿਕਾ ਠੀਕ ਹੈ ਐਂਡ ਰਤਨਾਵਲੀ ਠੀਕ ਹੈ ਪ੍ਰੀਯਦਰਸ਼ਿਕਾ ਅਤੇ ਰਤਨਾਵਲੀ ਠੀਕ ਹੈ ਪ੍ਰੀਯਦਰਸ਼ਿਕਾ ਅਤੇ ਰਤਨਾਵਲੀ ਹਰਸ਼ਵਰਧਨ ਦੀਆਂ ਬੁਕਸਾਂ ਸੋ ਬੋਥ ਆਫ ðiਸ ਇਜ਼ ਦਾ ਰਾਈਟ ਆਨਸਰ ਠੀਕ ਹੈ ਹਰਸ਼ਵਰਧਨ ਦੀਆਂ ਜੋ ਬੁਕਸ ਹਨ ਪ੍ਰੀਯਦਰਸ਼ਣ ਪ੍ਰੀਯਦਰਸ਼ਿਕਾ ਠੀਕ ਹੈ ਅਤੇ ਰਤਨਾਵਲੀ ਸੋ ਦੈਨ ਆਪਣਾ 13th ਕੁਐਸਚਨ ਹੈ ਤਾਂ ਅਟਲਾ ਤੱਦੀ ਇਜ਼ ਅ ਫੈਸਟੀਵਲ ਠੀਕ ਹੈ ਜੱਲੀ ਕੱਟੂ ਜੋ ਰਿਲੇਟਿਡ ਹੈ ਉਹ ਹੈ ਜੀ ਤਾਮਿਲਨਾਡੂ ਨਾਲ ਪੋਂਗਲ ਫੈਸਟੀਵਲ ਨਾਲ ਰਿਲੇਟਿਡ ਹੈ ਐਂਡ ਅਟਲਾ ਤੱਦੀ ਜੋ ਫੈਸਟੀਵਲ ਹੈ ਇਹ ਹੈ ਜੀ ਆਂਧਰਾ ਪ੍ਰਦੇਸ਼ ਨਾਲ ਠੀਕ ਹੈ ਆਂਧਰਾ ਪ੍ਰਦੇਸ਼ ਨਾਲ ਰਿਲੇਟਡ ਹੈ ਜੀ ਅਤਲਾ ਤਰਦੀ ਠੀਕ ਹੈ ਅਤਲਾ ਤਰਦੀ ਫੈਸਟੀਵਲ ਹੈ ਜੀ ਆਂਧਰਾ ਪ੍ਰਦੇਸ਼ ਦੇ ਨਾਲ ਸੋ 14 ਕੁਐਸਚਨ ਸੋ ਤੁਸੀਂ ਸਾਰੇ ਆਨਸਰ ਇਸ ਦਾ ਦੇ ਸਕਦੇ ਹੋ ਸਰਨਜੀ ਟਰਾਫੀ ਬਿਲੋਂਗਸ ਟੂ ਵਿਚ ਗੇਮ ਸਰਨਜੀ ਜੋ ਟਰਾਫੀ ਹੈ ਇੱਕ ਟੈਸਟ ਦੀ ਚੈਂਪੀਅਨਸ਼ਿਪ ਹੈ ਠੀਕ ਹੈ ਅਤੇ ਇਹ ਜੋ ਹੈ ক্রিকেট ਨਾਲ ਸੰਬੰਧਿਤ ਹੈ ਠੀਕ ਹੈ ਤੇ ਇਸ ਵਿੱਚ ਜੋ ਮੇਨ ਕੁਸਚਨ ਪੁੱਛੇ ਜਾਂਦੇ ਹਨ ਰੰਜੀ ਟਰਾਫੀ ਦੇ ਨਾਲ ਕਿ ਸਭ ਤੋਂ ਜ਼ਿਆਦਾ ਵਿਕਟਸ ਕਿਸ ਨੇ ਲਏ ਰੰਜੀ ਟਰਾਫੀ ਦੇ ਵਿੱਚ ਠੀਕ ਹੈ ਤਾਂ ਰਜਿੰਦਰ ਗੋਇਲ ਠੀਕ ਹੈ ਰਜਿੰਦਰ ਗੋਇਲ ਨੇ ਸਭ ਤੋਂ ਜ਼ਿਆਦਾ ਵਿਕਟ ਲਏ ਹੈ ਜੀ ਰੰਜੀ ਟਰਾਫੀ ਦੇ ਵਿੱਚ ਠੀਕ ਹੈ ਅਤੇ ਸਭ ਤੋਂ ਜ਼ਿਆਦਾ ਮੋਸਟ ਰੰਸ ਕਿਸ ਨੇ ਬਣਾਏ ਰੰਜੀ ਟਰਾਫੀ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਰੰਸ ਬਣਾਏ ਜੀ ਵਸੀਮ জাফর ਨੇ ਠੀਕ ਹੈ ਅਤੇ ਵਸੀਮ জাফর ਨੂੰ ਆਲੀ ਦੇ ਵਿੱਚ ਜੋ ਉੱਤਰਾਖੰਡ ਕ੍ਰਿਕਟ ਦੀ ਟੀਮ ਹੈ ਉਹਨਾਂ ਦਾ ਕੋਚ ਵੀ ਬਣਾਇਆ ਗਿਆ ਠੀਕ ਹੈ ਵਸੀਮ জাফর ਨੇ ਸਭ ਤੋਂ ਜ਼ਿਆਦਾ ਰਨ ਬਣਾਇਆ ਤੇ ਸਭ ਤੋਂ ਜ਼ਿਆਦਾ ਇਕਨੋਮਿਕਲ ਬੋਲਰ ਠੀਕ ਹੈ ਤਾਂ ਇਕਨੋਮਿਕਲ ਬੋਲਰ ਠੀਕ ਹੈ ਕੌਣ ਹੈ ਤਾਂ ਜੋ ਬਾਪੂ ਨਡਕਰਨੀ ਹੈ ਇਹ ਕੁਐਸਚਨ ਕਾਫੀ ਕਾਮਨ ਹੈ ਬਾਪੂ ਨਡਕਰਨੀ ਤਾਂ ਇਹ ਜੋ ਹਨ ਇਹਨਾਂ ਨੇ ਲਗਭਗ 9 ਓਵਰ ਮੈਡਨ ਸੱਟੇ ਹੋਏ ਹਨ ਠੀਕ ਹੈ ਜੀ ਰੰਜੀ ਟਰੋਫੀ ਦੇ ਵਿੱਚ ਠੀਕ ਹੈ ਤਾਂ ਬਾਪੂ ਨਡਕਰਨੀ ਸਭ ਤੋਂ ਜ਼ਿਆਦਾ ਜਿਸ ਨੂੰ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕੰਜੂਸ ਬੋਲਰ ਰੰਜੀ ਟਰੋਫੀ ਦਾ ਸੀ ਠੀਕ ਹੈ ਬਾਪੂ ਨਡਕਰਨੀ ਠੀਕ ਹੈ एंड जो अपनी रणजी ट्रॉफी है सब तो ज्यादा वारी बॉम्बे ने जीती है सब तो ज्यादा वारी ठीक है बॉम्बे ने जीती है सब तो ज्यादा वारी जो इस साल तो जो इस साल कैंसल हो गई ठीक है इस साल कैंसल हो गई जो सब तो जो पिछ इस साल तो पहला ठीक है दो हज़ार उन्नीस वाली जो रणजी ट्रॉफी si, सी किसने जीती थ वो जीती थी सौराष्ट्र ने ठीक है सौराष्ट्र ने दो हज़ार उन्नी वाली रणजी ट्रॉफी जीती ठीक है ਦੈਨ ਆਪਣਾ ਅੱਜ ਦਾ ਲਾਸਟ ਕੁਐਸਚਨ ਹੈ ਤਾਂ 10000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ ਕੌਣ ਹੈ ਤਾਂ ਇਹਨਾਂ ਨੂੰ ਸਭ ਜਾਣਦੇ ਹੋ ਤੁਸੀਂ ਤਾਂ ਇਹ ਜੀ ਆਪਣੀ ਮਿਥਾਲੀ ਰਾਜ ਠੀਕ ਹੈ ਮਿਥਾਲੀ ਰਾਜ ਨੇ ਸਭ ਤੋਂ ਜ਼ਿਆਦਾ ਹਾਈएस्ट ਸਕੋਰ ਭਾਰਤ ਵੱਲੋਂ ਕਰ ਕਰ ਦਿੱਤੇ ਹਨ 10000 ਅੰਤਰਰਾਸ਼ਟਰੀ ਸਕੋਰ ਅਤੇ ਇਹ ਕਾਫੀ ਕਰੀਬ ਹਨ ਮੋਸਟ ਰੰਸ ਜਿਸ ਨੇ ਬਣਾਏ ਹਨ ਚਾਰਲਟ ਐਡਵਰਸ ਜੋ ਕਿ ਯੂਨਾਈਟਿਡ ਕਿੰਗਡਮ ਦੀ ਹੈ ਠੀਕ ਹੈ ਤਾਂ ਉਸਨੇ 10273 ਰਨ ਬਣਾਏ ਹਨ ਅਤੇ ਜੋ ਮਿਥਾਲੀ ਰਾਜ ਹੈ ਉਸਤਾ ਜਲਦੀ ਹੀ ਰਿਕਾਰਡ ਤੋੜ ਦੇਗੀ ਠੀਕ ਹੈ ਜੀ ਤਾਂ ਮਿਥਾਲੀ ਰਾਜ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੀ ਮਹਿਲਾ ਖਿਡਾਰੀ ਵੀ ਬਣ ਜਾਏਗੀ ਠੀਕ ਹੈ ਆਪਾਂ ਕੁਝ ਹੀ ਟਾਈਮ ਬਾਅਦ ਇਸ ਨੂੰ ਡਿਸਕਸ ਕਰਦੇ ਹੋਵਾਂਗੇ ਕਿ ਮਿਥਾਲੀ ਰਾਜ ਨੇ ਸਭ ਤੋਂ ਜ਼ਿਆਦਾ ਰੰਸ ਬਣਾ ਲਏ ਹਨ ਐਜ਼ ਅ ਮਹਿਲਾ ਕ੍ਰਿਕਟਰ ਠੀਕ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮਿਥਾਲੀ ਰਾਜ ਸੋ ਪੰਜਾਬ ਪੁਲਿਸ ਜੇਲ ਵਾਰਡਨ ਐਂਡ ਮਟਰਨ ਦਾ ਕੋਰਸ ਆਪਣੀ ਐਪਲੀਕੇਸ਼ਨ ਤੇ ਅਵੇਲੇਬਲ ਹੈ ਕੋਆਪਰੇਟਿਵ ਬੈਂਕ ਦਾ ਨਵਾਂ ਕੋਰਸ ਆਇਆ ਹੈ ਐਂਡ ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਦਾ ਕੋਰਸ ਵੀ ਚੱਲ ਰਿਹਾ ਹੈ ਜਿਸ ਵਿੱਚ ਐਗਰੀਕਲਚਰ ਮੈਂ ਹੀ ਕਰਵਾ ਰਿਹਾ ਹਾਂ ਐਂਡ ਈਟੀਟੀ ਸੈਕੰਡ ਪੇਪਰ ਦਾ ਕੋਰਸ ਵੀ ਚੱਲ ਰਿਹਾ ਹੈ ਐਂਡ 60 ਨੰਬਰਾਂ ਦੀ ਪੇਪਰ ਦੀ ਅਗਰ ਤੁਸੀਂ ਅਜੇ ਵੀ ਤਿਆਰੀ ਕਰ ਸਕਦੇ ਹੋ ਠੀਕ ਹੈ ਜਿਸ ਵਿੱਚ ਸੀਡੀਪੀ ਕਰਿਕੂਲਮ ਪੋਲਿਸੀਜ਼ ਐਂਡ ਪ੍ਰੋਗਰਾਮਸ ਅਵੇਲੇਬਲ ਹੈ ਅਤੇ ਨਵਾਂ ਜੋ ਫੀਚਰ ਆਇਆ ਹੈ ਉਹ ਹੈ ਜੀ ਈ ਤੁਸੀਂ ਸਾਰੀਆਂ ਜੋ ਪੀਡੀਐਫਸ ਅਸੀਂ ਅੱਜ ਤੱਕ ਜੋ ਵੀ ਕਰਾਇਆ ਉਸ ਨੂੰ ਵੀ ਅਵੇਲ ਕਰ ਸਕਦੇ ਹੋ ਸੋ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰਕੇ ਰੱਖ ਸਕਦੇ ਹੋ ਸੋ ਇੰਸਟਾਗ੍ਰam ਪੇਜ ਨੂੰ ਤੁਸੀਂ ਲਾਈਕ ਕਰ ਲਓ ਫੋਲੋ ਵੀ ਕਰ ਲਓ ਐਂਡ ਫੇਸਬੁਕ ਪੇਜ ਨੂੰ ਵੀ ਤੁਸੀਂ ਲਾਈਕ ਕਰ ਲਓ ਸੋ ਟੈਲੀਗ੍ਰਾਮ ਤੇ ਤੁਹਾਨੂੰ ਸਾਰੀ ਅਪਡੇਟ ਨਾਲ ਦੀ ਨਾਲ ਦਿੱਤੀ ਜਾਏਗੀ ਟੈਟ ਬਜ਼ਾਰ ਐਪਲੀਕੇਸ਼ਨ ਨੂੰ ਇੰਸਟਾਲ ਕਰ ਲਓ ਜਿਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਸੋ ਥੈਂਕ ਯੂ ਫॉर ਲਿਸਨਿੰਗ ਗੋਡ ਬlesਸ ਯੂ ਆਲ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਆਪਦੇ ਫਰੈਂਡਸ ਨਾਲ ਸ਼ੇਅਰ ਕਰ ਸਕਦੇ ਹੋ